ਤੇ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਾਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਆਪਣੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕਨੈਕਟ ਕਰ ਸਕਦੇ ਹੋ। ਮੇਰਾ ਮੋਬਾਈਲ ਨੰਬਰ ਆ 8427179817। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਹਾਂਜੀ ਬਾਈ, ਨਾਮ ਐਡਰੈਸ ਬੋਲ ਲਿਆ ਆਪਣਾ। ਸ਼ੰਨਾ ਗੁਲਾਬ ਸਿੰਘ ਪਿੰਡ ਹੈ ਜੀ, ਸੰਗਾਰਾ 9 ਆ, ਆਪਾ ਤਹਿਸੀਲ ਹੈ, ਬਰਨਾਲਾ ਜ਼ਿਲ੍ਹਾ ਹੈ। ਪਧੌੜ ਦੇ ਨਾਲ ਆ ਗਿਆ ਸ਼ੰਨਾ ਗੁਲਾਬ ਦੇ ਨਾਲ ਜੀ। ਤੇ ਮੋਬਾਈਲ ਨੰਬਰ ਬੋਲੋ ਜੀ ਆਪਣਾ। 95014 33579। 95014 33579। ਤੇ ਆਪਾਂ ਕਿੰਨੇ ਨਾਗ ਰੱਖਣੇ? ਚਾਰ ਅੱਜ ਆਪਣੇ ਕੋਲ ਚਾਰ ਨਾਗ ਆ ਜੀ। ਦੋ ਸੂਈਆਂ, ਦੋ ਗੱਬੜ। ਤੇਰੀ ਪਹਿਲੇ ਨੰਬਰ ਤੇ ਗੱਬੜ ਦੇਖਦੇ ਪਏ ਕਿ ਇੱਕ ਦਿਨ ਲੈਂਦੀ ਹੈ, ਕਿਹੜਾ ਸੂਆ ਸੂਂਦੀ ਆ? ਇਹ ਦੂਜਾ ਸੂਆ ਸੂਂਦੀ ਆ ਜੀ, ਮੰਨ ਕੇ ਚੱਲੋ 2-4 ਦਿਨ ਲੈ ਜੂ। 2-4 ਦਿਨ ਸੂਚ ਲੈ ਜੂਗੇ? 2-4 ਦਿਨ ਲੈਂਦੀ ਆ। ਠੀਕ ਹੈ, ਦੁੱਧ ਕਿੰਨਾ ਦੇ ਦੂਜੀ? ਦੁੱਧ ਦੇ ਦੂ 22-23 ਕਿਲੋ ਆਰਾਮ ਨਾਲ। 22-23 ਕਿਲੋ 2-4 ਦਿਨ ਲੈਂਦੇ। ਮੁੱਲ ਇਹਦਾ ਕੀ ਰੱਖਿਆ ਆਪਾਂ? ਇਹ ਮੁੱਲ ਆਪਾਂ ਕਰਦੇ ਆ 55,000 ਰੁਪਇਆ। ਲੈ ਉਹ ਵਾਰਨੀ ਮਾਨਤਾਨ ਹੋ ਜੂ ਵਿੱਚੋਂ। ਹਾਂ, ਬੰਦਾ ਮਾਨਤਾਨ ਹੋ ਜੂ। 55,000 ਰੁਪਇਆ ਮੁੱਲਾਂ ਵਿੱਚੋਂ ਗਜਾਇਸ ਹੋ ਜਾਣੀ ਆ। ਦੁੱਧ ਪਾ ਦੂ 22 ਤੋਂ ਆਪਾਂ ਆ ਜਾਵਾਂ। ਆਰਾਮ ਨਾਲ 22-23 ਕਿਲੋ। ਠੀਕ ਹੈ, ਦਿਨ 2-4 ਦਿਨ ਲੈ ਜਾ। ਦੇਖੋ ਫੇਸ ਕੁਆਲਿਟੀ ਵਗੈਰਾ ਚੰਗੀ ਸਮੀ ਭਲੀ ਪੂਰੀ ਜਾਨ ਵਾਲੀ ਵਹਿੜ ਆ ਗਈ। ਪਰੌਂਠਾਂ ਵੀ ਆ ਗਈ। ਅੱਖਾਂ ਲੈ ਵਜੇ ਕੋ 2-3 ਦਿਨ ਹਜੇ ਪੈਂਡਿੰਗ ਪਿਆ ਸੂਣ ਚ। ਦੁੱਧ 21 ਲੀਟਰ ਇਹਨੇ ਪਾ ਦੇਣਾ, ਕੋਈ ਮਿਹਨਤ ਨਹੀਂ ਕਰਦੇ। ਕੋਈ ਖੈਰ ਚੰਗੀ ਸਮੀ ਭਲੀ ਜਾਨ ਦੇ ਵਿੱਚ ਹੈਗੀ। ਤੇ ਬਾਕੀ ਆ ਥਾਨ ਲੈ ਵਜੇ ਇੱਕ ਮਿੰਟ ਤੋਂ ਮੇਰੇ ਕਿ ਵਿਨ ਵਗੈਰਾ ਚੰਗੀ ਜਾਂਦੀ ਵਾ। ਬਾਕੀ ਨਾੜਾ ਨੂੜਾ ਬਹੁਤ ਚੰਗੀ ਦਿਖਾਈ ਦਿੰਦੀ ਆ। ਮੁੱਲ ਲੈ ਚੱਲ ਵੀਰੇ, ਮੁੱਲ 55,000। ਬਾਕੀ ਇਹਦੇ ਵਿੱਚੋਂ ਗਜਾਇ ਥੋੜ੍ਹੀ ਬਹੁਤੀ ਹੋ ਜਾਣੀ ਹੈ। ਦੁੱਧ 20 ਤੋਂ ਪਾਰ ਵਾਲੀ ਹੈਗੇ ਬੈਡ, ਜਿਵੇਂ 20 ਮੰਨ ਕੇ ਲੈ ਲਓ ਬੇਸ਼ੱਕ। ਹਾਂ, ਤੁਹਾਨੂੰ ਪੂਰਾ ਗੁੱਲੇ ਵਾਲਾ ਥਾਨ ਲੱਗਿਆ ਹੋਇਆ ਸੀ ਪਹਿਲੇ ਨੰਬਰ ਤੇ। ਥੋੜ੍ਹਾ ਸੀ ਠੰਡੀ ਦੇਖ ਸਕਦੇ, ਪੂਰੀ ਸੀ ਠੰਡੀ ਹੈ, ਜਿਵੇਂ ਕੋਈ ਚੱਕਰ ਨਹੀਂ। ਠੀਕ ਹੈ, ਆ ਥਾਨ ਹੋਣਾ ਇੱਕ ਵਾਰ ਨੀਅਰ ਤੋਂ ਫੇਰ ਦੇਖੀ, ਸੋਹਣੇ ਥਾਨ ਹੋਣੇ ਜੀ। ਤੇ ਅੱਗੇ ਦੂਜੇ ਨੰਬਰ ਦੀ ਗੱਲ ਕਰੀਏ ਬਾਈ, ਇਹਦੀ ਕੀ ਜਾਣਕਾਰੀ ਹੈ? ਇਹ ਵੀ ਦੂਜਾ ਸੂਆ ਜੀ। ਇਹ ਦਿਨ ਕਿੰਨੇ ਕੁ ਲੈ ਜੂਗੀ? ਇਹ ਵੀ ਲੈ ਜੂਗੀ 1-2 ਦਿਨ। 1-2 ਦਿਨ ਸੂਣ ਚ ਬਾਕੀ। ਦੁੱਧ ਕਿੰਨਾ ਕੁ ਪਾ ਦੂਗੀ? ਦੁੱਧ ਇਹ ਵੀ 20 ਤੋਂ 12 ਵਾਲੀ ਹੈ ਜੀ। 20 ਤੋਂ ਪਾਰ ਤੇ ਮੁੱਲ ਇਹਦਾ? ਇਹਦਾ ਮੁੱਲ ਵੀ 55,000 ਰੁਪਏ ਜੀ। ਲੈ ਉਹ ਬਾਹਰ। ਇਹ ਦੂਜਾ ਸੂਆ ਸਿੱਕ ਦੀਆਂ ਕੰਨੀਆਂ ਫੜੀਆਂ ਹੋ ਜੀ ਦੀਆਂ। ਠੀਕ ਹੈ, ਦੂਜਾ ਸੂਆ ਦੁੱਧ 20 ਪਲੱਸ ਵਾਲੀ, ਮੁੱਲ 55,000। ਤੇ ਬਾਕੀ ਆ ਦੇਖ ਸਕਦੇ ਹੋ, ਆਰਡਰ ਵਗੈਰਾ ਪੂਰਾ ਸਾਫ਼ ਸੁਥਰਾ, ਚੰਗੀ ਸੀਲ ਠੰਡੀ ਹੈਗੀ। ਤੇ ਥਾਨ ਦੇ ਵਾ ਦੇਖੋ, ਇਹਦਾ ਲੇਵਾ ਬਹੁਤ ਚੰਗਾ ਦੇਖ ਸਕਦੇ। ਮੇਰੇ ਤੋਂ ਬਿਨ ਚੰਗੀ ਜਾਂਦੀ। ਬਾਕੀ ਨਾੜਾ ਨੂੜਾ ਦੇਖੋ, ਆਰਡਰ ਦੇ ਪੂਰੇ ਮੋਟੇ ਨਾੜਾਂ ਹੈ, ਦੁੱਧ ਵਾਲੇ ਪੂਰੇ ਜਮਾਂ। ਤੇ ਦਿਨ ਇਹ ਵੀ 2-3 ਦਿਨ ਲੈਂਦੀ ਹੈ ਹਜੇ। 20-22 ਲੀਟਰ ਦੁੱਧ ਨੇ ਆਰਾਮ ਨਾਲ ਦੇ ਦੇਣਾ। ਮੁੱਲ 55,000 ਕੀਤਾ, ਕੱਦ ਕੱਢ ਬਹੁਤ ਚੰਗਾ, ਪੂਰੀ ਉੱਚੇ ਲੰਬੇ ਸਾਈਜ਼ ਦੇ ਵਿੱਚ ਆ ਗਈ, ਵੱਡੀ ਵਹਿੜ ਆ ਪੂਰੀ। ਸੂਆ ਦੂਸਰੇ ਸੀ ਪੀਏ ਵੀ ਥੋੜ੍ਹਾ, ਦੂਸਰੀ ਸਾਈਡ ਤੋਂ ਮਿਲ ਕੇ ਮੇਨ ਵਗੈਰਾ ਦੇਖ ਸਕਦੇ ਹੋ। ਨਾੜਾ ਨੂੜਾ ਬਹੁਤ ਚੰਗੇ ਦਿਖਾਈ ਦਿੰਦੇ ਪਈਆਂ। ਥਾਨ ਲੈ ਵਿੱਚ ਪੂਰੀ ਸਾਫ਼ ਆ। ਮੁੱਲ ਇਹਦਾ ਹੈਗਾ 55,000 ਰੁਪਇਆ। ਸੂਰੇ ਘਰ ਫਿਰ ਦੇਖ ਸਕਦੇ ਹੋ, ਨਾੜਾ ਵਗੈਰਾ ਆਰਡਰ ਤੇ ਬਹੁਤ ਚੰਗੇ ਦਿਖਾਈ ਦਿੰਦੀ ਪਈ ਹੈ। ਦੂਸਰੀ ਸਾਈਡ ਨੂੰ ਕਰ ਲਵਾਂਗੇ। ਇਹ ਥਾਨ ਲੈ ਵਾ ਦੇਖੋ, ਪੂਰਾ ਸੋਹਣਾ ਸਾਫ਼ ਸੁਥਰਾ ਆਰਡਰ ਦੇਖ ਸਕਦੇ, ਪੂਰਾ ਗੁੰਦ ਵੀ ਆਰਡਰ ਦੀ ਹੈ। ਹਾਂਜੀ ਵੀਰੇ, ਤੀਜੇ ਨੰਬਰ ਜਿਹੜੀ ਦੇਖਦੇ ਆਪਾਂ, ਤਾਜ਼ੀ ਸੂਈ ਆ। ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਸੂਈ ਨੂੰ ਹੋ ਗਿਆ ਜੀ ਘੰਟਾ ਕੁ। ਸੂਈ ਨੂੰ ਪਿੱਛੇ ਇਹਦੇ ਬੱਚੀ ਆ ਗਈ ਨਾ? ਪਿੱਛੇ ਬੱਚੀ ਆ ਜੀ। ਤੇ ਜੇਰ ਚੱਲ ਪਈ, ਇਹ ਬਹਿ ਗਈ, ਉਹਦੀ ਪੈ ਜਾਣੀ ਆ ਜੇਰ ਦੇਖ। ਹਾਂ, ਬਾਕੀ ਸੀਲ ਠੰਡੀ ਬਹੁਤ ਆ, ਜਿਵੇਂ ਮਰਜ਼ੀ ਬਈਓ, ਬਾਕੀ ਥਾਂ ਥੁੰ ਦੇ ਬਹੁਤ ਗੁੱਲਿਆ ਹਨ, ਚੰਗਾ ਲੱਗਦਾ। ਧਾਰਾ ਵਗੈਰਾ ਮਾਰਦੇ ਮਨ ਮੋਟੀ? ਹਾਂ, ਆਹ ਦੇਖ ਲਓ, ਚੁਆਈ ਵਗੈਰਾ ਪੂਰੀ ਚੰਗੀ ਨੇ। ਕੋਈ ਸ਼ਰਲਾ ਫਰਲਾ ਨਹੀਂ ਸੁਣਾ ਜੀ, ਕੋਈ ਬਿਨਾ ਨਿਆਣਾ ਪਾਈ ਜੂਜਰ ਛੱਡ ਦੋ ਜਿਵੇਂ ਮਰਜ਼ੀ ਬਈਓ। ਬਾਕੀ ਆਰਡਰ ਦੇਖੋ, ਪੂਰਾ ਚੰਗਾ ਜੋ ਸਾਰਾ ਮਿਲਕ ਵੇਲ ਚੰਗੀ ਜਾਂਦੀ ਪਈ ਆ। ਆਹ ਨਾੜਾ ਨੂੜਾ ਦੇਖੋ ਆਰਡਰ ਤੇ, ਤਾਂ ਦੂਸਰੀ ਸਾਈਡ ਤੋਂ ਆਉਣਾ। ਇਹਦਾ ਮੁੱਲ ਕੀ ਰੱਖਿਆ ਜੀ ਆਪਾਂ? ਇਹਦਾ ਮੁੱਲ ਆਪਾਂ ਕਰਦੇ 56,000 ਰੁਪਇਆ। ਕੱਢ ਲਓ ਬਾਹਰ ਲੈ ਆਉਣ, ਸੋਖਾ ਦੇ ਸਮਾਰ ਕੇ 56,000 ਇਹਦਾ ਹੈਗਾ ਮੁੱਲ। ਸਰ ਫੇਸ ਕੁਆਲਿਟੀ ਵਗੈਰਾ ਦੇਖੋ, ਤੀਜੇ ਨੰਬਰ ਵਾਲੀ ਤਾਜ਼ੀ ਸੂਈ ਹੀ, ਘੰਟਾ ਹੋ ਗਿਆ ਸੂਈ ਨੂੰ, ਜੇਰ ਵਾਲੀ ਪੈ ਰਹੀ ਹੈ। ਹਵਾਨਾ ਦੇਖੋ, ਬਹੁਤ ਸੋਹਣਾ ਸਾਫ਼ ਸੁਥਰਾ, ਚੰਗਾ ਪੂਰਾ ਤਕੜਾ ਜੋਸ ਵਾਲਾ ਹਵਾਨਾ ਹੈਗਾ। ਅਨੇਰ ਤੋਂ ਦੇਖ ਸਕਦੇ। ਬਾਕੀ ਆਰਡਰ ਤੇ ਨਾੜਾ ਵਗੈਰਾ ਬਹੁਤ ਚੰਗੀਆਂ ਦਿਖਾਈ ਦਿੰਦੀਆਂ ਪਈਆਂ, ਪੂਰਾ ਧਾਰਾ ਵਗੈਰਾ ਵੀਰ ਨੇ ਮਾਰ ਕੇ ਦਿਖਾਤੀਆਂ, ਚੰਗੀਆਂ ਧਾਰਾਂ ਗੀਆਂ। 56,000 ਇਹਦਾ ਰੇਟ ਕੀਤਾ ਗਿਆ। ਅਤੇ ਬਾਕੀ ਰੇਟ ਦੇ ਵਿੱਚੋਂ ਗਜਾਇਜ਼ ਥੋੜ੍ਹੀ ਬਹੁਤ ਦੇਣਾ, ਕੱਦ ਕੁੱਦ ਬਹੁਤ ਡਬਲ ਆ। ਪਿੱਛੇ ਬੱਛੀ ਆ ਤਾਜ਼ੀ ਸੂਈ ਸੂਏ, ਜਦ ਤੱਕ ਆਉਂਗੇ ਜੀ ਇਹਦੀ ਪੈ ਜਾਣੀ ਆ, ਤਾਂ ਬੈਠਣ ਦੀ ਦੇਰ ਆ ਗੰਦੀ ਜਿਹਨੂੰ। ਤਾਂ ਦੂਸਰੀ ਸਾਈਡ ਤੋਂ ਹਵਾਨਾ ਫਿਰ ਦੇਖ ਸਕਦੇ, ਹਵਾਨਾ ਪੂਰਾ ਵੱਡੇ ਡਬਲ ਹਵਾਨੇ ਦੀ ਆ। ਥੱਲੋਂ ਥਾਨ ਦੇਖੋ, ਥਾਨ ਪੂਰੇ ਚਾਰੇ ਗੈਰ ਅਤੇ ਨਿਕਣਵੇਂ ਥਾਨ ਹਵਾਨੇ ਜੀ। ਇਹ ਸੀਗੀ ਤੀਜੇ ਨੰਬਰ ਵਾਲੀ। ਪਿੱਛੇ ਬੱਛੀ ਆ, ਬੱਛੀ ਬਹੁਤ ਪੈ ਗਿਆ ਦੇਖ ਸਕਦੇ। ਹਾਂਜੀ ਬਈ, ਚੌਥੇ ਨੰਬਰ ਜਿਹੜੀ ਵੱਡੀ ਵਹਿੜ ਦੇਖਦੇ ਪਿਆ ਐਚ ਐਫ 'ਚ, ਹਾਂਜੀ ਇਹ ਪਿੱਛੇ ਬੱਚਾ ਹੈਗਾ, ਬੱਚੀ ਇਹਦੇ ਮਗਰ ਬੱਚੀ ਆ ਜੀ, ਇਹਦੇ ਪਿੱਛੇ ਬੱਚੀ ਆ। ਇਹ ਕਦੋਂ ਦੀ ਸੂਈ? ਇਹ ਕੱਲ ਸੂਈ ਆ ਜੀ। ਜੇ ਜੂ ਸਹੀ ਪੈ ਗਈ? ਹਾਂ, ਜੇ ਦੁੱਧ ਦੀ ਆਪਣੀ ਗਰੰਟੀ ਹੋ। ਤਸੱਲੀ ਆ ਜਮਾ? ਹਾਂ ਜਮਾ, ਗਰੰਟੀ ਦੇ ਸਕਦੇ ਜੀ। ਤੇ ਜਿਹੜਾ ਦੁੱਧ ਚੋਇਆ ਆਪਾਂ, ਕਿੰਨਾ ਚੋਇਆ ਦਾ? ਦੁੱਧ ਮੰਨ ਕੇ ਚੱਲੋ ਜੀ, 20 ਦੇ ਆਸੇ ਪਾਸੇ ਤਿਆਰ ਹੋ ਗਿਆ। 10 ਕਿਲੋ ਡੰਗ ਦਾ ਹੈਗਾ? ਹਾਂ, 9 ਕਿਲੋ 10 ਕਿਲੋ ਡੰਗ ਦਾ ਤਿਆਰ ਆ, ਕੱਲ ਸੂਈ ਆ। ਠੀਕ ਹੈ, ਕਿੰਨਾ ਕੁ ਦੁੱਧ ਦੇ ਦੂਗੇ? ਦੁੱਧ ਦੇ ਦੂਗੇ ਤਾਂ 30-32 ਕਿਲੋ ਆਰਾਮ ਨਾਲ। ਠੀਕ ਹੈ, ਤੇ ਬਾਕੀ ਇਹਦਾ ਥਣਾ ਦੇ ਅਗਲੇ ਕੱਟ ਜੇ ਲੱਗੇ ਹੋਏ ਆ। ਇਹ ਗੱਲ ਕੀ ਆ ਜੀ, ਕੱਟ ਇਹ ਮੰਨ ਕੇ ਜੋ ਜਮੰਦਰੂ ਆ, ਪਹਿਲਾਂ ਤੋਂ ਸ਼ੁਰੂ ਤੋਂ ਦੋਨੇ ਥਣਾਂ ਦੇ ਮੂਹਰ ਲਿਆਂਦੇ। ਠੀਕ ਹੈ, ਹਾਂ ਧੁਰ
पूरी तगड़ी सोहनी है चैफ कमड़े नाल खड़ी फिर तुर कब्जा अंदाजा ला सकते पूरी वड्डी बैड आ जब नट गए वर्गी जी कहने ते फिर ये मुल की रखे खोल बहर सुबह चौथे नंबर वाली बैड प्योर एच एफ पिछे भी इन्हें बच्ची दी है तो ब्यूटी वगैरह कलर कुलर बहुत चंगा जमें शो क्वालिटी हैगी जमें इसकी देख सकते हो थान ले पूरा सोहना तो साफ सुथरा हवाना पूरे बड़े हवाने की है 18 तो लैके 20 लीटर बौला ये तैयार है कल सूई है दुद्ध घट्टो घट्ट 30 किलो दऊगी जमा दावे वाली गल है कि देखो कलर वगैरह बहुत ही प्यारी घर का शिंगार बनू जमा चंकी ब्यूटी वगैरह फेस क्वालिटी वगैरह देखो यदि तो बाकी थान थून तुम देख सकते हो चंगे थाना की है आ कट के जेडे लगे हुए जमांदरू लगे हुए इन्हों की पूरी डेक भी बेफिक्र हो इन्हों बाकी लेवा देखो जो पूरी चल आ थान लेवा पूरा सोहना साफ सुथरा तो बाकी ठंडी है पूरी जमा बैठ आ देख सकते हो थान लेवा लेवा ही दख देता कि 20 किलो बाकी दऊगी जमा कहने वाली गल नहीं हले हले है भी बोले प्रोपर खाली वगैरह भी नहीं हुई तो जेर जूर जमा तसलिया पिछले भी बच्छी दी इन्हें आ लेवा देख सकते कोने पे पूरे सोहने थान हवाने भी अगली साइड तो हवाना देख सकते हो पूरा सोना तो बाकी नाड़ा वगैरह बरीकी जो बहुत चंगे दिखाई देती है थान थून पूरा चंगा मुठ्ठी वाला लगे है तो सील ठंडी पूरी फुल कद काठ बॉडी वेट भी बहुत ही चंगा यदा तो बाकी 30 किलो दुद्ध दूगी कहने वाली गल नहीं कोई मतलब भीर कहते करा फोन से सी चौथे नंबर से पिछे जे बच्छी पिंड सन्ना गुलाब सिंह वाला भदौड़ देने जीक पे आ चार नग आप कवर करके दिखा चुके 95014 83587 तो किसी वीर की कोई भी नग पसंद हो दिए गए नंबर से कॉन्टैक्ट करके खरीदारी कर सकते हो सो वीडियो देखने लिए सब का तहे दिलो धन्यवाद।